बात जरूर करेंगे आपको, आप जाके करो घर में। मैं तो अनुवाद की तो है पर कन्नड़ भी उसके मूल थोड़े कोई भी गुरुद्वारे जाओ कमाले करामत कायम करीम रजाबक्स राजिक रिहा कुन रही हमा बगी हो रहन मुंग के बेबून बेचुनो चुन बेन मुंग इसका बाद लिखते हैं नासंद बक्सिंद ये ऐसो रस जहाँ पाक जेर अस्त जाहिर जहूर अतामी दहद अदा कुत्ता जहार बेबाकी मामद अस्त के जुदीमान इसका मतलब होता है चाहे तुम मेरे चार बच्चे अकगर आपां देख रहे हैं सारे जने कि जिन्नियां भी बीबियां सारियां आईयां ने सारियां पिंडां विचों आईयां ने और आपां जिहड़े हैगे आ हुण अपना पिछला जिहड़ा सब की नाम है तुहाडा पंडित राव दरेनवर कहाँ से मैं कर्नाटक तो हाँ पर पंजाब विच चंडीगढ़ विच मैं असिस्टेंट प्रोफेसर है गवर्नमेंट कॉलेज सेक्टर 46 विच अच्छा हाँ जी कितनों का नोए प्रेरणा मिली कि मैं पंजाबी विच जी जेकर तुसी पंजाबी पवित्र पंजाबी भाषा सीखोगे उस तो बाद तुहानू एहसास जरूर होएगी पवित्र धार्मिक साहित्य नू सिख धर्म दे साहित्य नू साउथ इंडिया दे विच लोकां तक पहुँचाने की लोड़ है बहुत कुछ इस दे विच वाणी हैगे गुरु आदि उन्हां नू मैं साउथ इंडिया दे विच पहुँचाने लई कोशिश कर रहा जी उत्थे साउथ इंडिया च किस तरह तुसीं इहदा पहले प्रचार कीता सीगा इस चीज़ दा कि साइकिल दे घूमते या किस तरह प्रचार जी मैं साइकिल ते ही बेंगलुरु दे विच भी प्रचार कीता होया जी उससे कर्नाटक दे विच लोग बहुत कुछ वो लोग जानना चाहते ने श्री जपजी साहब दे विच की है जफरनामा की है वो जानना चाहते ने इसलिए मैं उन्होंने लोगों लई अनुवाद किया हुआ है हूँ किन्ना चिर तुहानू इह किताब जिहड़ी है जपजी साहब नूं जां होर किन्ना चिर टाइम लग्गा 2 साल तो मैं कोशिश कर रहा सी 2 साल तो मैं स्टडी करन तो बाद समझन तो बाद उस तो बाद अनुवाद ਕਿਤਾ ਹੋਇਆ ਹੁਣ ਉਹ ਛਪ ਗਿਆ ਜੀ ਹੁਣ ਇਹ ਹਾਂ ਕੀ ਆ ਦਿਖਾਓ ਸਾਨੂੰ ਹਾਂ ਮੈਂ ਦਿਖਾ ਸਕਦਾ ਜੀ ਇਹ ਪਵਿੱਤਰ ਸ੍ਰੀ ਜਪਜੀ ਸਾਹਿਬ ਅਤੇ ਮਤੂ ਜਫਰਨਾਮਾ ਕੰਨੜ ਵਿੱਚ ਬੋਲ ਰਿਹਾ ਜੀ ਮੈਂ ਹਾਂ ਇਸ ਦੇ ਵਿੱਚ ਮੈਂ ਕੀ ਕੀਤਾ ਹੋਇਆ ਕਿ ਸ੍ਰੀ ਜਪਜੀ ਸਾਹਿਬ ਪਹਿਲੇ ਰੱਖਿਆ ਹੋਇਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸਾਹਿਬ ਗੁਰੂ ਪ੍ਰਸਾਦ ਇਸ ਦੇ ਵਿੱਚ ਪੂਰਾ ਪੰਜਾਬੀ ਵਿੱਚ ਗੁਰਮੁਖੀ ਹੈਗਾ ਉਸ ਤੋਂ ਬਾਅਦ ਕੰਨੜ ਵਿੱਚ ਲਿਖਿਆ ਹੋਇਆ ਸ੍ਰੀ ਜਪਜੀ ਸਾਹਿਬ ਦੀ ਕੰਨੜ ਵਿੱਚ ਸਰਵਵਿਆਪੀ ਦੇਵਰੋਬਨੇ ਅਵਨੇ ਹੈਸੁਰੁ ਸਤਿਯ ਅਵਨੇ ਰਚਨਾਕਾਰ ਭਯਰਹਿਤ ਨਾਥ ਵੈਰਤਵ ਰਹਿਤ ਨਾਥ ਕਾਲ ਰਹਿਤ ਨਾਥ ਜਨਮ ਰਹਿਤ ਨਾਥ ਸਵਯਂ ਉਤਪੰਨ ਨਾਥ ਗੁਰੂ ਕਿਰਪਾ ਕਟਾਕਸ਼ ਨਾਥ ਇਸ ਤੋਂ ਬਾਅਦ ਮੈਂ ਜਫਰਨਾਮਾ ਕੀਤਾ ਹੋਇਆ ਹੈ ਜੀ ਜਫਰਨਾਮਾ ਦੇ ਵਿੱਚ ਇਸ ਤੋਂ ਬਾਅਦ ਇੱਥੇ ਲਿਖਦਾ ਹੈ ਬਾਣੀਆਂ ਤੁਸੀਂ ਇਸ 'ਚ ਲਿਖੀਆਂ ਹੋਈਆਂ ਇਸਦੇ ਵਿੱਚ ਸ੍ਰੀ ਜਪਜੀ ਸਾਹਿਬ ਅਤੇ ਜਫਰਨਾਮਾ ਜਫਰਨਾਮਾ ਦੇ ਵਿੱਚ ਕੀ ਕੀਤਾ ਹੋਇਆ ਜੀ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ ਰਾਜ਼ਿਕ ਰਿਹਾ ਕੁਨ ਰਹੀਮ ਇਹ ਜੀ ਚੀਜ਼ ਲਿਖਿਆ ਹੋਇਆ ਉਸ ਤੋਂ ਬਾਅਦ ਕੰਨੜ ਵਿੱਚ ਦੇਵਰੂ ਪਰਿਪੂਰਣਾ ਪਵਾੜੀ ਅਨੰਤੀ ਉਦਾਰੀਆਤਾ ਆਨੰਦਦਾਨੀ ਦਾਤ ਮੁਕਤੀਦਾਇਕ ਨਾਤਾ ਹੁਣ ਇਹਦਾ ਪ੍ਰਚਾਰ ਤੁਸੀਂ ਜਿਹੜਾ ਕਰ ਰਹੇ ਹੋ ਕਿਸ ਤਰੀਕੇ ਨਾਲ ਕਰ ਰਹੇ ਹੋ ਜੀ ਮੈਂ ਸਾਈਕਲ ਤੇ ਜਾਂਦਾ ਤੇ ਹਰ ਥਾਂ ਥਾਂ ਕੇ ਜਾ ਕੇ ਲੋਕਾਂ ਨੂੰ ਮਿਲਦਾ ਬੱਚਿਆਂ ਨੂੰ ਮਿਲਦਾ ਸਮਝਾਉਂਦਾ ਉਹਨਾਂ ਨੂੰ ਜਫਰਨਾਮਾ ਵਿੱਚ ਕੀ ਹੈ ਜਫਰਨਾਮਾ ਨੂੰ ਸਮਝੋ ਤੇ ਪੜ੍ਹੋ ਪੜ੍ਹਨ ਦੀ ਲੋੜ ਹੈ ਕਿਉਂਕਿ ਅੱਜ ਕੱਲ੍ਹ ਬੱਚੇ ਖਤ ਨਹੀਂ ਲਿਖਦੇ ਖਤ ਲਿਖਣ ਦੀ ਆਦਤ ਛੁੱਟ ਚੁੱਕੀ ਇਸ ਲਈ ਮੈਂ ਉਹਨਾਂ ਬੱਚਿਆਂ ਨੂੰ ਦੱਸਦਾ ਕਿ ਖਤ ਲਿਖੋ ਕਿਉਂਕਿ ਇੰਨੀ ਪ੍ਰਭਾਵਸ਼ਾਲੀ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਹੋਇਆ ਸੀ ਉਸਦੇ ਵਿੱਚ 4 ਬੱਚਿਆਂ ਨੂੰ ਕਤਲ ਕਰਨ ਵਾਲੇ ਔਰੰਗਜ਼ੇਬ ਨੂੰ ਵੀ ਭਗਵਾਨ ਦੀ ਦਰਜਾ ਦੇ ਕੇ ਵਰਣਨ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਦਿਲ ਇੰਨੀ ਬੜੀ ਹੋ ਸਕਦੀ ਹੈ ਇਸ ਲਈ ਜਿਹੜਾ ਹੁਣ ਤੁਸੀਂ ਪੰਜਾਬ ਦੇ ਕਿੰਨੇ ਕੁ ਜਿਹੜੇ ਹੈਗੇ ਨੇ ਜ਼ਿਲ੍ਹੇ ਕਵਰ ਕੀਤੇ ਨੇ ਕੀ ਹਾਂ ਮੈਂ ਹੁਣ ਤੱਕ ਗੁਰਦਾਸਪੁਰ ਅਤੇ ਪਠਾਨਕੋਟ
ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਮੈਂ ਪ੍ਰਚਾਰ ਕੀਤਾ ਹੋਇਆ ਹੈ। ਪੰਜਾਬੀ ਮਾਂ ਬੋਲੀ ਲਈ ਸਾਈਕਲ 'ਤੇ ਪ੍ਰਚਾਰ ਕਰਦਾ। ਅੱਗੇ ਕਿੱਥੇ ਕਿੱਥੇ ਜਾਊਂਗਾ? ਮੈਂ ਹਰ ਡਿਸਟ੍ਰਿਕਟ ਵਿੱਚ ਜਾਵਾਂਗਾ, ਹਰ ਥਾਂ 'ਤੇ ਜਾਵਾਂਗਾ। ਪੰਜਾਬ ਤੋਂ ਇਲਾਵਾ ਪੰਜਾਬ ਵਿੱਚ ਪਹਿਲੇ ਤਾਂ ਪੰਜਾਬ ਵਿੱਚ ਜਾਵਾਂਗਾ। ਹਰ ਲੋਕਾਂ ਨੂੰ ਦੱਸਾਂਗਾ ਕਿ ਪੰਜਾਬੀ ਪਵਿੱਤਰ ਭਾਸ਼ਾ ਹੈ, ਪੰਜਾਬੀ ਪਵਿੱਤਰ ਭਾਸ਼ਾ। ਇਸ ਪਵਿੱਤਰ ਭਾਸ਼ਾ ਵਿੱਚ ਗਲਤ ਸ਼ਬਦ ਲੈ ਕੇ ਤੁਸੀਂ ਨਹੀਂ ਗਾ ਸਕਦੇ, ਲੱਚਰ ਗਾਣਾ ਨਹੀਂ ਗਾ ਸਕਦੇ। ਇਸ ਲਈ ਉਹ ਲੋਕਾਂ ਨੂੰ ਮੈਂ ਦੱਸਦਾ ਕਿ ਗਲਤ ਸ਼ਬਦ ਲੈ ਕੇ ਤੁਸੀਂ ਨਹੀਂ ਗਾ ਸਕਦੇ, ਗਲਤ ਸ਼ਬਦ ਲੈ ਕੇ ਨਹੀਂ ਗਾ ਸਕਦੇ। ਇਹ ਮੈਂ ਪ੍ਰਚਾਰ ਕਰਦਾ। ਉਸ ਤੋਂ ਇਲਾਵਾ ਮੈਂ ਇਹ ਦੱਸਦਾ ਕਿ ਇਹ ਭਗਤੀ ਦੇ ਜਫਰਨਾਮਾ ਅਤੇ ਸ੍ਰੀ ਜਪਜੀ ਸਾਹਿਬ ਲੋਕਾਂ ਨੂੰ ਸਮਝਾਉਂਦਾ ਹੈ, ਮੈਂ ਲੋਕਾਂ ਨੂੰ ਪਿੰਡ ਪਿੰਡ ਵਿੱਚ ਜਾ ਕੇ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ। ये सारे 12वीं सदी के संत हैं कर्नाटक, 12वीं सदी 800 साल तो पहले संत हैं। उन्होंने वाणी को कन्नड़ भाषा तो पंजाबी में अनुवाद होया है। पहले इस तरफ, फिर इस तरफ, इस तरफ। ਮੈਂ ਤਾਂ ਅਨੁਵਾਦ ਕੀਤਾ ਹੋਇਆ, ਪਰ ਕੰਨੜ ਵਿੱਚ ਮੂਲ ਤੁਹਾਡੇ ਕੋਈ ਵੀ ਗੁਰਦੁਆਰੇ ਜਾਓ ਮਿਲ ਸਕਦਾ। ਕਮਾਲ ਏ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜਿਕ ਰਿਹਾ ਕੁੰ ਰਹੀ ਅਮਾ ਬਿਹੋ ਰਹਨ ਮੂੰਗ ਕੇ ਬੇਬੂਨ ਬੇ ਚੂਨੋ ਚੁਨ ਬੇਨ ਮੂੰਗ। बाद लिखते हैं नासंद ये ऐसो रस जहाँ पाक जेर अस्त जाहिर जहूर अतामी दहद।